ਪੂਰਾ ਲਾ ਕੇ ਦੇ ਸਿਆਣਾ ਦੇਖਾ ਪੂਰਾ ਸਿਆਣਾ ਲੋਹੇ ਕਿਲਾ ਕਿਦਾਂ ਕਿਦਾਂ ਲੋਹੇ ਕਿਦਾਂ ਖੇਡਦੀ ਆ ਲੋਹੇ ਕਿਦਾਂ ਬੱਜਣਾ ਬੱਜਣਾ ਜ਼ਿਆਦਾ ਹੋ ਸਕਦੇ ਆ ਲੇਕਿਨ ਰਿਪੋਰਟ ਜਿਹੜੀ ਉਹ ਇੰਨੀ ਹੋਈ ਹੈ ਔਰ ਇਹ ਮੈਂ ਤਾਂ ਇਹ ਕਹਿੰਦਾ ਵੀ ਅਣਮਨੁੱਖੀ ਤਸ਼ੱਦਦ ਹੈ ਕਿਸਾਨ ਉਹ ਹੈ ਜਿਹਨੇ ਇਹ ਦੇਸ਼ ਨੂੰ ਆਜ਼ਾਦ ਕਰਾਇਆ ਔਰ ਸਾਡੇ ਬੱਚੇ ਹੱਲੇ ਵੀ ਬਾਰਡਰਾਂ ਤੇ ਦੇਸ਼ ਦੀ ਸੁਰੱਖਿਆ ਖਾਤਰ ਕੁਰਬਾਨੀਆਂ ਦਿੰਦੇ ਆ ਦੇਸ਼ ਦਾ ਅੰਨ ਭੰਡਾਰ ਅਸੀਂ ਪੈਦਾ ਕਰਕੇ ਦਿੱਤਾ ਕੱਲੇ ਪੰਜਾਬ ਦੇ ਕਿਸਾਨ ਦੀ ਗੱਲ ਨਹੀਂ ਕਰਦਾ ਮੈਂ 65% ਕਿਸਾਨੀ ਹੈ ਦੇ ਸਾਰੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਐਗਰੀਕਲਚਰ ਸੈਕਟਰ ਸਭ ਤੋਂ ਵੱਡਾ ਸੈਕਟਰ ਹੈ ਜੋਬ ਪ੍ਰੋਵਾਈਡਰ ਹੈ ਸਭ ਤੋਂ ਵੱਡਾ ਇਹਨੂੰ ਅਣਦੇਖਿਆ ਕਰਕੇ ਕੁਛ 4 ਕੁ ਕਰੋਨੀ ਕੈਪੀਟਲਿਸਟ ਹੈ ਜਿਹੜੇ ਹਜੇ ਉਹਨਾਂ ਦਾ ਨਾਂ ਲੈਣਾ ਠੀਕ ਨਹੀਂ ਰਹੇਗਾ ਉਹਨਾਂ ਦੀ ਮਗਰ ਲੱਗ ਕੇ ਕੀ ਉਹ ਸਿਰਫ ਫੰਡ ਦਿੰਦੇ ਤੇ ਕਿਸਾਨ ਫੰਡ ਨਹੀਂ ਦੇ ਸਕਦਾ ਤੁਹਾਨੂੰ ਇਸ ਕਰਕੇ ਤੁਸੀਂ ਉਹ ਮੰਗਾਂ ਜਿਹੜੀਆਂ ਖੁਦ ਲਿਖਤੀ ਤੌਰ ਤੇ ਮੰਨ ਚੁੱਕੇ ਹੋ ਵੀ ਅਸੀਂ ਪੂਰੀਆਂ ਕਰਾਂਗੇ ਹੁਣ ਤੁਸੀਂ ਉਹਨਾਂ ਤੋਂ ਮੁੱਕਰ ਰਹੇ ਹੋ ਸੋ ਬਿਲਕੁਲ ਗਲਤ ਗੱਲ ਔਰ ਦੂਜਾ ਕਿਹੜੇ ਕਾਨੂੰਨ 'ਚ ਲਿਖਿਆ ਵੀ ਸੜਕ ਬੰਦ ਕਰਨੀ ਹੈ ਬਈ ਕਿੱਲਾਂ ਤਾਂ ਬਾਰਡਰ 'ਤੇ ਨਹੀਂ ਲੱਗੀਆਂ ਮੈਂ ਬਾਰਡਰ ਕਈ ਵਾਰੀ ਵੇਖਿਆ ਸਰਗੀ ਏਡੇ ਏਡੇ ਬਰਛਾਂ ਕਰਕੇ ਤਿੱਖੇ ਕਰਕੇ ਤੁਸੀਂ ਗੱਡੇ ਹੋਏ ਉੱਥੇ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਤੁਸੀਂ ਦੇਸ਼ ਦੇ ਅੰਨਦਾਤਾ ਦੇ ਨਾਲ ਇਹ ਕੰਮ ਕਰ ਰਹੇ ਹੋ ਔਰ ਇਹ ਦੇਸ਼ ਦੇ ਖਿਲਾਫ਼ ਅਪਰਾਧ ਕਰ ਰਹੀ ਹੈ ਇਹ ਜਿਹੜੀ ਕੇਂਦਰ ਸਰਕਾਰ ਹੈ ਇਹ ਦੇਸ਼ ਦੇ ਖਿਲਾਫ਼ ਅਪਰਾਧ ਹੈ ਇਹ ਕਿਸੇ ਇੰਡੀਵਿਜੁਅਲ ਕਿਸਾਨ ਦੇ ਖਿਲਾਫ਼ ਨਹੀਂ ਇਹ ਦੇਸ਼ ਦੇ ਖਿਲਾਫ਼ ਅਪਰਾਧ ਹੈ ਕਿਉਂਕਿ ਦੇਸ਼ ਦਾ ਮਤਲਬ ਕਿਸਾਨ ਹੈ ਸੀਐਮ ਸਾਹਿਬ ਦਾ ਬਿਆਨ ਆਇਆ ਜੀ ਹਰਿਆਣਾ ਦੇ ਉਹ ਕਹਿੰਦੇ ਨੇ ਕਿ ਕਿਸਾਨਾਂ ਦਾ ਜਾਣਾ ਸਹੀ ਨਹੀਂ ਸੀਗਾ ਤਰੀਕਾ ਸਹੀ ਨਹੀਂ ਸੀਗਾ ਟਰਾਂਸਪੋਰਟੇਸ਼ਨ ਟ੍ਰੇਨ ਤੇ ਜਾ ਸਕਦੇ ਸੀ ਬੱਸ ਤੇ ਵਿੱਚ ਜਾ ਸਕਦੇ ਸੀ ਟ੍ਰੇਨ 'ਚ ਪੈਸੇ ਚਲਾ ਦਿਓ ਉਹ ਆਪਦੇ ਸਾਧਨ ਤੇ ਜਾ ਰਹੇ ਹੋ ਉਹਨਾਂ ਦੀ ਕਾਰ ਥੋੜੀ ਮੰਗ ਕੇ ਲੈ ਗਏ ਆ ਉਹ ਜਾਂ ਕਿਸੇ ਦੇ ਵਿੱਚ ਉੱਤੇ ਚੜਾਇਆ ਉਹਨਾਂ ਨੇ ਟਰੈਕਟਰ ਕਿਸੇ ਨੇ ਐਕਸੀਡੈਂਟ ਕੀਤਾ ਸਭ ਤੋਂ ਪੀਸਫੁਲ ਤਰੀਕੇ ਨਾਲ ਸਭ ਤੋਂ ਜ਼ਿੰਮੇਵਾਰ ਤਰੀਕੇ ਨਾਲ ਉਹ ਜਾ ਰਹੇ ਸੀ ਕਿਸੇ ਤੇ 1 ਰੁਪਏ ਦਾ ਬੋਝ ਨਹੀਂ ਪਾ ਰਹੇ ਸੀ ਉਹ ਸੋ ਇਹ ਤਰੀਕਾ ਤਾਂ ਹੁਣ ਲੋਕ ਦੱਸ ਦੇਣਗੇ ਅੱਜ ਪੰਜਾਬ ਕਾਂਗਰਸ ਨੇ ਪੰਜਾਬ ਦੇ ਚੀਫ ਸੈਕਟਰੀ ਨੂੰ ਮਿਲ ਕੇ ਮੰਗ ਕੀਤੀ ਹੈ ਵੀ ਹਰਿਆਣੇ ਦੇ ਜਿਹੜੇ ਅਨਿਲ ਵਿਜ ਹੋਮ ਮਿਨਿਸਟਰ ਤੇ ਜਿਹੜੇ ਵੱਡੇ ਅਧਿਕਾਰੀ ਉਹਨਾਂ ਦੇ ਖਿਲਾਫ਼ ਮੁਕੱਦਮੇ ਦਰਜ ਕੀਤੇ ਜਾਣ ਪੰਜਾਬ ਦੇ ਵਿੱਚ ਕਿਉਂਕਿ ਉਹ ਪੰਜਾਬ ਦੀ ਹੱਦ ਦੇ ਅੰਦਰ ਦਾਖਲ ਹੋ ਕੇ ਗੋਲੀਆਂ ਮਾਰ ਰਹੇ ਹੈ ਅਥਰੂ ਗੈਸ ਦੇ ਗੋਲੇ ਮਾਰ ਰਹੇ ਹੈ ਤੇ ਕੀ ਕਰ ਰਹੀ ਹੈ ਪੰਜਾਬ ਸਰਕਾਰ ਇਸ ਗੱਲ ਇਹਦੇ ਬਾਰੇ ਮੈਂ ਪਤਾ ਲੈ ਲੂੰਗਾ ਰਿਪੋਰਟ ਤੁਹਾਨੂੰ ਹੁਣ ਤੱਕ ਪਤਾ ਲੱਗਿਆ ਕੋਈ ਕਾਰਵਾਈ ਪੰਜਾਬ ਸਰਕਾਰ ਨੇ ਹੁਣ ਤੱਕ ਕੀਤੀ ਹੈ ਪੰਜਾਬ ਸਰਕਾਰ ਨੇ ਜਿਹੜੀ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਸਾਡੇ ਇਲਾਕੇ ਦੇ ਵਿੱਚ ਦਖਲ ਨਾ ਦਿੱਤਾ ਜਾਵੇ ਕੋਈ ਇਹ ਗੱਲ ਉਹਨਾਂ ਨੇ ਕਲੀਅਰ ਸ਼ਬਦਾਂ ਵਿੱਚ ਕਹੀ ਜੇ ਕੋਈ ਅਪਰਾਧ ਹੋਇਆ ਤੇ ਮੈਂ ਰਿਪੋਰਟ ਲੈ ਲੂੰਗਾ ਮੰਤਰੀ ਕਹਿੰਦੇ ਵੀ ਬੈਠ ਕੇ ਵੀ ਗੱਲਬਾਤ ਹੋ ਸਕਦੀ ਸੀ ਇਸ ਤਰ੍ਹਾਂ ਜਿਹੜਾ ਹੈਗਾ ਬਾਰਡਰਾਂ ਤੇ ਜਾ ਕੇ ਹੱਲਾ ਗੁੱਲਾ ਕਰਨਾ ਕੋਈ ਜ਼ਿਆਦਾ ਵਧੀਆ ਨਹੀਂ ਅਨੁਰਾਗ ਠਾਕੁਰ ਨੇ ਵੀ ਕਿਹਾ ਵੀ ਬੈਠ ਕੇ ਗੱਲਬਾਤ ਹੋ ਸਕਦੀ ਸੀ ਇਸ ਤਰ੍ਹਾਂ ਦੇ ਪ੍ਰੋਟੈਸਟ ਕਰਨੇ ਠੀਕ ਕਰਦੇ ਇਹ ਰਾਮ ਮਨੋਹਰ ਲੋਹੀਆ ਜੀ ਨਾਲੋਂ ਵੱਡੇ ਹੋ ਗਏ ਇਹ ਉਹਨਾਂ ਨੇ ਕਿਹਾ ਸੀ ਵੀ ਜੇ ਸੜਕਾਂ ਸ਼ਾਂਤ ਹੋ ਗਈਆਂ ਤੇ ਸੰਸਦ ਬੇਕਾਬੂ ਹੋ ਜੂਗੀ ਇਹ ਕੱਲ ਦੇ ਜਵਾਕ ਇਹ ਮਤਾਂ ਦਿੰਦੇ ਉਹਨਾਂ ਲੋਕਾਂ ਨੂੰ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ ਤੁਸੀਂ ਉਸ ਬੰਦੇ ਨੂੰ ਬਚਾਉਣ ਖਾਤਰ ਜਿਹਦੇ ਪੋਰਟ ਤੋਂ ਚਿੱਟਾ ਮਿਲਿਆ ਨਸ਼ੀਲੇ ਪਦਾਰਥ ਮਿਲੇ
ਟਨਾਂ ਦੇ ਹਿਸਾਬ ਨਾਲ ਤੁਸੀਂ ਕਿਸਾਨਾਂ ਨੂੰ ਸਿਖਾਓਗੇ ਜਿਨ੍ਹਾਂ ਦੇ ਬੱਚੇ ਅੱਜ ਵੀ ਕੁਰਬਾਨੀਆਂ ਦਿੰਦੇ ਆ ਬਾਰਡਰਾਂ ਤੇ ਔਰ ਬਿਲਕੁਲ ਪੀਸਫੁਲ ਨੇ। ਇਹ ਹਿੰਸਾ ਉਧਰੋਂ ਹੋ ਰਹੀ ਹੈ, ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹੋ ਰਹੀ ਹੈ, ਕੇਂਦਰ ਸਰਕਾਰ ਕਰ ਰਿਹਾ। ਇਹ ਇਹਨਾਂ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ, ਪਰਮਾਤਮਾ ਜੋ ਦੇਖਦਾ ਹੈ ਨਾ। ਪੰਜਾਬ ਸਰਕਾਰ ਕਿਸਾਨਾਂ ਦੀ ਮਦਦ ਲਈ ਕੀ ਕੁਛ ਕਰ ਰਹੀ ਹੈ? ਦੇਖੋ ਜੀ, ਮੁੱਖ ਮੰਤਰੀ ਸਾਹਿਬ ਨੇ ਸਿੱਧਾ ਸਪਸ਼ਟ ਕਰਤਾ ਮਾਣਯੋਗ ਭਗਵੰਤ ਮਾਨ ਜੀ ਨੇ ਕਿ ਇਹਨਾਂ ਦੀਆਂ ਮੰਗਾਂ ਜਾਇਜ਼ ਨੇ, ਬੈਠ ਕੇ ਸੁਣੋ ਤੇ ਹੱਲ ਕਰੋ, ਸਾਫ ਦਿਲ ਨਾਲ ਹੱਲ ਕਰੋ। ਬਾਕੀ ਜਿਹੜੇ ਵੀ ਜ਼ਖਮੀ ਹੋਏ ਨੇ ਉਹਨਾਂ ਦਾ ਪੂਰਾ ਇਲਾਜ, ਉੱਥੇ ਵੀ ਜੋ ਕੁਛ ਸਹੂਲਤ ਬਣ ਸਕਦੀ ਉਹ ਅਸੀਂ ਪੰਜਾਬ ਸਰਕਾਰ ਨੇ ਪਹਿਲਾਂ ਹੀ ਉਹਦੀ ਇੰਸਟਰਕਸ਼ਨ ਜਾਰੀ ਕਰ ਦਿੱਤੀ। ਕੋਈ ਫਾਰਮਰ ਸੀਰੀਅਸ ਵੀ ਹੈ ਸਰ? ਫਾਰਮਰ ਸੀਰੀਅਸ ਵੀ ਹੈ ਤੁਸੀਂ ਪਤਾ ਕਰਕੇ? ਇੱਕ ਜਿਹੜਾ ਕਿਸਾਨ ਹੈ ਉਹਦੀ ਅੱਖ ਦੇ ਵਿੱਚ ਜ਼ਿਆਦਾ ਲੱਗ ਗਿਆ, ਹੁਣ ਦੇਖੋ ਗੋਲੀਆਂ ਚਲਾਈਆਂ ਸਿੱਧੀਆਂ। ਇਹ ਤਾਂ ਦੁਸ਼ਮਣ ਸੈਨਾ ਦੇ ਚੱਲਦੀਆਂ ਜੀ, ਦੁਸ਼ਮਣ ਦੀ ਤੇ ਆਪਣੇ ਕਿਸਾਨਾਂ ਤੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰੋ? ਸ਼ੇਖੂਪੁਰ ਦਾ ਕਿਸਾਨ ਹੈ ਜੀ, ਮੈਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦਾ। ਨੌਜਵਾਨ ਮੁੰਡਾ ਬੜਾ ਸਮਾਰਟ, ਇੰਨਾ ਸੋਹਣਾ ਮੁੰਡਾ। ਇਹਦੇ ਬਾਰੇ ਸਰਕਾਰ ਨੇ ਡਿਸੀਜਨ ਲੈਣਾ ਜੀ। ਸਰ, ਜਿਹੜੇ ਗੋਲੀਆਂ ਵੱਜੀਆਂ ਨੇ ਜਾਂ ਐਸ ਐਲ ਆਰ ਚਲਾਈ ਗਈ ਹੈ, ਕੀ ਉਹਦੇ ਬਾਰੇ ਪੰਜਾਬ ਸਰਕਾਰ ਕੋਈ ਕਮੇਟੀ ਬਿਠਾਏਗੀ ਜਾਂ ਕੋਈ ਉਹਦੀ ਕੋਈ ਇਨਕੁਆਇਰੀ ਕਰਾਏਗੀ? ਇਹ ਦੇਖੋ ਜੀ, ਜਿਹੜੇ ਸੰਬੰਧਿਤ ਮਹਿਕਮੇ ਨੇ ਉਹਨਾਂ ਤੋਂ ਇਨਫੋਰਮੇਸ਼ਨ ਲਈ ਜਾਊਗੀ। ਮੇਰਾ ਤਾਂ ਜਿੰਨਾ ਕੁ ਮੇਰਾ ਦਾਇਰਾ ਉਹਦੇ ਵਿੱਚ ਮੈਂ ਇਨਫੋਰਮੇਸ਼ਨ ਲੈ ਸਕਦਾ, ਮੈਂ ਇਨਫੋਰਮੇਸ਼ਨ ਲੈ ਲਵਾਂ। ਤੁਸੀਂ ਲੈ ਲਓ ਸਰ ਰਿਪੋਰਟ ਦੀ ਮੰਗ ਕੀਤੀ? ਬਿਲਕੁਲ ਬਿਲਕੁਲ, ਮੈਂ ਰਿਪੋਰਟ ਲੈ ਲਵਾਂ। ਕਿਸੇ ਪ੍ਰਾਵਧਾਨ ਹੈ ਕੋਈ, ਹੁਣ ਜਿਵੇਂ ਹੁਣ ਕੇਂਦਰ ਸਰਕਾਰ ਕੋਈ ਇਹਨਾਂ ਦੀਆਂ ਮੰਗਾਂ ਮੰਨ ਸਕਦੀ, ਕਿਉਂਕਿ ਆਉਣ ਵਾਲੇ ਟਾਈਮ 'ਚ ਕੋਡ ਆਫ ਕੰਡਕਟ ਵੀ ਲੱਗ ਸਕਦਾ ਹੈਗਾ? ਸਰ, ਇਸ ਮੌਕੇ ਤੇ ਕਿਸਾਨਾਂ ਨੂੰ ਕੀ ਜਿਹੜਾ ਹੈਗਾ ਅੱਗੇ ਆ ਕੇ ਕਿੱਦਾਂ ਦਾ ਕੰਮ ਕਰਨਾ ਚਾਹੀਦਾ, ਕਿਉਂਕਿ ਆਉਣ ਵਾਲੇ ਟਾਈਮ 'ਚ ਸਰ ਕੋਡ ਆਫ ਕੰਡਕਟ ਲੱਗ ਜਾਏਗਾ? ਦੇਖੋ, ਸਾਰੀਆਂ ਜਾਇਜ਼ ਮੰਗਾਂ ਕੇਂਦਰ ਸਰਕਾਰ ਮੰਨੇ ਵੀ ਇੱਕ ਬੰਦਾ ਕਾਤਿਲ ਹੈ ਲਖੀਮਪੁਰ ਖੀਰੀ ਵਾਲਾ, ਸ਼ਰੇਆਮ ਉਹਨੇ ਆਪਦੇ ਮਤਲਬ ਉਹਦੇ ਪਿਓ ਨੂੰ ਮੰਤਰੀ ਬਣਾ ਕੇ ਰੱਖਿਆ ਹੋਇਆ ਨਾ, ਔਰ ਉੱਥੇ ਧਮਕੀਆਂ ਦਿੰਦਾ, ਬਾਅਦ 'ਚ ਵੀ ਧਮਕੀਆਂ ਦਿੰਦਾ ਰਿਹਾ, ਹੁਣ ਵੀ ਉਹਨੂੰ ਜਦੋਂ ਉਹ ਜਾਂਦਾ ਆਪਣਾ ਅਦਾਲਤ 'ਚ ਪੇਸ਼ ਹੋਣ ਵਾਸਤੇ ਜਵਾਈਆਂ ਵਾਂਗੂ ਟ੍ਰੀਟ ਕਰਦੀ ਉਹਨੂੰ ਪੁਲਿਸ, ਇੱਕ ਕਾਤਲ ਨੂੰ ਜਿਹੜੇ ਸ਼ਰੇਆਮ ਤੋਂ ਵੀਡੀਓ ਦੇ ਉੱਤੇ ਕੈਦ ਹੋਇਆ। ਸੋ ਇਹ ਤਾਂ ਮਤਲਬ ਤੁਸੀਂ ਤਾਂ ਜ਼ਖਮਾਂ 'ਤੇ ਮੱਲਮ ਲਾਉਣ ਦੀ ਥਾਂ 'ਤੇ ਤੁਸੀਂ ਉਹਨੂੰ ਕਰੇਦਦੇ ਹੋ। ਬਾਕੀ ਇਹ ਕਿੱਲਾਂ ਕੁੱਲਾਂ ਸਾਨੂੰ ਨਹੀਂ ਡਰਾਉਂਦੀਆਂ, ਸਾਡੇ ਗੁਰੂ ਨੇ ਹੱਕ 'ਤੇ ਸਾਨੂੰ ਖੜਨਾ ਸਿਖਾਇਆ, ਔਰ ਇਹ ਦੇਸ਼ ਦੀ ਲੜਾਈ ਹੈ, ਦੇਸ਼ ਖਾਤਰ ਤਾਂ ਫਾਂਸੀ 'ਤੇ ਵੀ ਚੜ੍ਹਦੇ ਰਹੇ ਪੰਜਾਬੀ।